ਪ੍ਰਸ਼ਾਸਨ ਮੁਰਦਾਬਾਦ 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 ਕਰਨ ਵਾਲਾ ਇੰਦਰ ਜੀਰਾ ਦਾ ਮੁੰਡਾ ਕਲਵੀਰ ਸਿੰਘ ਜੀਰਾ ਕਲਵੀਰ ਜੀਰਾ ਐਮਐਲਏ ਜੀਰਾ ਮੁਰਦਾਬਾਦ 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 ਇੱਥੇ ਬੱਚੇ ਕਰਾਉਣ ਵਾਲਾ ਕਲਵੀਰ ਜੀਰਾ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਰਾਣਾ ਸੋਢੀ ਮੁਰਦਾਬਾਦ 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 ਝੂਠੇ ਪਰਚੇ ਕਰਾਉਣ ਵਾਲੇ ਐਮਐਲਏ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪ੍ਰੇਸ਼ ਪੁਲਿਸ ਪ੍ਰਸ਼ਾਸਨ ਬਸ ਕਰੋ ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਕਰਨ ਵਾਲਾ ਲੋਕਾਂ ਤੋਂ ਰਿਸ਼ਤਾ ਲੈਣ ਵਾਲਾ ਪੁਲਿਸ ਅਧਿਕਾਰੀ ਮੁਰਦਾਬਾਦ ਮੁਰਦਾਬਾਦ ਖਲਾਰ ਕਿਸਾਨਾਂ ਮਜ਼ਦੂਰਾਂ ਦੇ ਝੂਠੇ ਕਰ ਪਰਚੇ ਕਰਨ ਵਾਲਾ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਐਸਐਸਪੀ ਫਿਰੋਜ਼ਪੁਰ ਮੁਰਦਾਬਾਦ ਕਿਸਾਨਾਂ ਮਜ਼ਦੂਰਾਂ ਦੇ ਝੂਠੇ ਪਰਚੇ ਕਰਾਉਣ ਵਾਲਾ ਐਮਐਲਏ ਜੀਰਾ ਮੁਰਦਾਬਾਦ ਕਿਸਾਨਾਂ ਮਜ਼ਦੂਰਾਂ ਦੇ ਝੂਠੇ ਪਰਚੇ ਦਰਜ ਕਰਾਉਣ ਵਾਲਾ ਐਮਐਲਏ ਜੀਰਾ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਕੈਪਟਨ ਸਰਕਾਰ ਮੁਰਦਾਬਾਦ ਮੁਰਦਾਬਾਦ ਐਸਐਸਪੀ ਫਿਰੋਜ਼ਪੁਰ ਮੁਰਦਾਬਾਦ।
ਕੀ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਕੇਂਦਰ ਦੀ ਲਾਂਬਣਾ ਪਾਲਾ ਵੇ ਚਲੋ ਜੀ ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਅੱਜ ਜੋਨ ਗੁਰੂ ਹਰਿ ਸਾਹਿਬ ਦੀ ਮੀਟਿੰਗ ਗੁਰਦੁਆਰਾ ਮਾਦੀਕੇ ਸਾਹਿਬ ਵਿਖੇ ਚਲੋ ਦੁਬਾਰਾ ਕੱਟ ਜਾਣ ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਅੱਜ ਜੋਨ ਗੁਰੂ ਹਰਿ ਸਾਹਿਬ ਦੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਗੁਰਦੁਆਰਾ ਮਾਦੀਕੇ ਸਾਹਿਬ ਵਿਖੇ ਮੀਟਿੰਗ ਕੀਤੀ ਗਈ ਆ। ਮੀਟਿੰਗ 'ਚ ਮਤਾ ਪਾਸ ਕਰਕੇ ਜਿਹੜਾ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਮੰਗ ਕੀਤੀ ਗਈ ਆ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ, ਬੈਂਕਾਂ ਵੱਲੋਂ ਆੜ੍ਹਤੀਆਂ ਵੱਲੋਂ ਕਿਸਾਨਾਂ ਦੀਆਂ ਥਿਆਈਆਂ ਜਾ ਰਹੀਆਂ ਜ਼ਮੀਨਾਂ ਜਿਹੜੀਆਂ ਉਹ ਜ਼ਮੀਨਾਂ ਬਚਾਈਆਂ ਜਾਣ ਅਤੇ ਆੜ੍ਹਤੀਆਂ ਦੇ ਖਿਲਾਫ ਪਰਚੇ ਦਰਜ ਕੀਤੇ ਜਾਣ ਅਤੇ ਕੁਰਕੀਆਂ ਗ੍ਰਿਫਤਾਰੀਆਂ ਕਿਸਾਨਾਂ ਦੀਆਂ ਜਿਹੜੀਆਂ ਬੰਦ ਕੀਤੀਆਂ ਜਾਣ, ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ। ਇਹ ਇੱਕ ਮਤਾ ਪਾਸ ਕਰਕੇ ਅਸੀਂ ਮੰਗ ਕੀਤੀ ਗਈ ਆ। ਜਿਹੜੀਆਂ 1964 ਦੇ ਪੰਚਾਇਤ ਕਾਮਨ ਐਕਟ ਦੇ ਸੋਧ ਕੀਤੀ ਪੰਜਾਬ ਸਰਕਾਰ ਨੇ ਉਹ ਰੱਦ ਕੀਤੀ ਜਾਵੇ ਅਤੇ ਪੰਚਾਇਤਾਂ ਦੀਆਂ ਜ਼ਮੀਨਾਂ ਸੰਤਕਾਰਾਂ ਨੂੰ ਨਾ ਦਿੱਤੀਆਂ ਜਾਣ। ਇਸ ਤੋਂ ਇਲਾਵਾ ਉਸ ਮਤੇ ਦੇ ਵਿੱਚ ਨਾਗਰਿਕਤਾ ਸੋਧ ਬਿੱਲ ਜਿਹੜਾ ਮੋਦੀ ਸਰਕਾਰ ਨੇ ਪਾਸ ਕੀਤਾ ਜਿਹ 'ਚ ਇੱਕ ਖਾਸ ਮੁਸਲਿਮ ਭਾਈਚਾਰੇ ਨੂੰ ਬਾਹਰ ਰੱਖਿਆ ਗਿਆ, ਉਹਦਾ ਅਸੀਂ ਮੋਦੀ ਸਰਕਾਰ ਦੀ ਸਖ਼ਤ ਨਿਖੇਧੀ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਮੁਸਲਿਮ ਭਾਈਚਾਰੇ ਨੂੰ ਵੀ ਉਸ ਬਿੱਲ 'ਚ ਸ਼ਾਮਿਲ ਕੀਤਾ ਜਾਵੇ, ਨਹੀਂ ਤਾਂ ਉਹ ਜਿਹੜਾ ਸੋਧ ਬਿੱਲ ਹੈ ਉਹ ਰੱਦ ਕੀਤਾ ਜਾਵੇ। ਇਸ ਤੋਂ ਇਲਾਵਾ ਜਿਹੜਾ ਇਸ ਵੇਲੇ ਕਰੰਟ ਮੁੱਦਾ ਜਿਹੜਾ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਉਸ ਤਰ੍ਹਾਂ ਪੂਰੇ ਪੰਜਾਬ 'ਚ ਪੰਜਾਬ ਦੀ ਸਰਕਾਰ ਭ੍ਰਿਸ਼ਟ ਹੋ ਚੁੱਕੀ ਆ, MLA ਮੰਤਰੀ ਭ੍ਰਿਸ਼ਟ ਹੋ ਚੁੱਕੇ ਆ, ਜਿਹੜੇ ਰੇਤ ਬਜਰੀ ਦੇ ਨਸ਼ੇ ਦੇ ਕਾਰੋਬਾਰ 'ਚ ਲੱਗੇ ਹੋਏ ਆ, ਲੋਕਾਂ ਨੂੰ ਲੁੱਟ ਰਿਹਾ ਕੁੱਟ ਰਿਹਾ। ਇਸੇ ਤਰ੍ਹਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਜਿਹੜੇ ਪੰਜਾਬ ਜਿਹੜੇ ਕਾਂਗਰਸ ਦੇ MLA ਆ ਮੰਤਰੀ ਆ ਉਹ ਲੋਕਾਂ ਨੂੰ ਲੁੱਟ ਰਹੇ ਅਤੇ ਕੁੱਟ ਰਹੇ, ਪਰਚੇ ਝੂਠੇ ਕਰਾ ਰਹੇ ਆ, ਪੁਲਿਸ ਨੂੰ ਉਹਨਾਂ ਕੱਠਪੁਤਲੀ ਬਣਾ ਕੇ ਰੱਖਿਆ ਹੋਇਆ ਵਾ, ਪੁਲਿਸ ਸਾਰੀ ਭ੍ਰਿਸ਼ਟ ਹੋ ਚੁੱਕੀ ਆ, ਥਾਣੇ ਭ੍ਰਿਸ਼ਟਾਚਾਰ ਦੇ ਅੱਡੇ ਬਣੇ ਹੋਏ ਆ, ਲੋਕਾਂ ਨੂੰ ਲੁੱਟ ਕੇ ਥਾਣੇਦਾਰ ਪੁਲਿਸ ਅਧਿਕਾਰੀ ਜਿਹੜੇ ਆ ਉਹ MLA ਦੀਆਂ ਜੇਬਾਂ ਭਰ ਰਹੇ ਆ, MLA ਨੇ ਮੰਤਰੀਆਂ ਨੇ ਮਹੀਨੇ ਬੱਧੇ ਹੋਏ ਆ। ਇਹ ਪੂਰੇ ਹਿੰਦੁਸਤਾਨ ਪੰਜਾਬ ਦੇ ਵਿੱਚ ਵੀ ਆ ਅਤੇ ਫਿਰੋਜ਼ਪੁਰ 'ਚ ਵੀ ਇਹ ਵਾਪਰ ਰਿਹਾ। ਫਿਰੋਜ਼ਪੁਰ ਦੇ ਵਿੱਚ ਆ ਨਵੀਂ ਤਾਂ ਜਿਹੜੀ ਘਟਨਾ ਤਾਜ਼ਾ ਘਟਨਾ ਹੋਈ ਆ
ਕੁਲਬੀਰ ਸਿੰਘ ਜੀਰਾ ਜਿਹੜਾ ਹਲਕਾ ਵਿਧਾਇਕ ਹੈ ਜੀਰੇ ਦਾ, ਉਹਦੇ ਵੱਲੋਂ 6 ਕਿਸਾਨਾਂ 'ਤੇ ਝੂਠਾ ਪਰਚਾ ਦਰਜ ਕਰਾਇਆ ਗਿਆ ਕੱਚਰ ਪੰਨ ਦੇ, ਜਦੋਂ ਕਿ ਉਹਦੇ 'ਚ ਘੋਰਾ ਵੀ ਸਿੰਚਾਈ ਨਹੀਂ। ਜਿਹੜੀ ਹਰਚਰਨ ਸਿੰਘ ਬਜ਼ੁਰਗ ਦੀ ਡੈਥ ਹੋਈ ਆ 17 ਤਰੀਕ ਨੂੰ ਸਿਵਲ ਹਸਪਤਾਲ ਮੋਗੇ ਵਿੱਚ, ਜਿਹੜਾ ਪਹਿਲਾਂ ਕਈ ਦਿਨਾਂ ਤੋਂ ਜਿਹੜੇ ਲਾ ਸੀ ਉੱਥੇ, ਉਸ ਪਰਿਵਾਰ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਕਿਸੇ ਕਿਸਮ ਦਾ। ਉਹ ਝੂਠਾ ਪਰਚਾ ਦਰਜ ਕਰਾਇਆ ਇਸ ਕਰਕੇ ਗਿਆ ਵੀ 77 ਕਨਾਲ ਜ਼ਮੀਨ ਕੱਚਰ ਪੰਨ ਦੀ ਜਿਹੜੀ ਮਹਿੰਦਰ ਸਿੰਘ ਦੀ ਆ ਅਤੇ ਉਹਨਾਂ ਦੇ ਪਰਿਵਾਰ ਦੀ ਆ, ਉਹ ਕੁਲਬੀਰ ਜੀਰੇ ਦਾ PA ਨੇ, ਪਹਿਲਾਂ ਵੀ ਧੋਖਾਧੜੀ ਨਾਲ ਆਪਣੇ ਨਾਲ ਰਜਿਸਟਰੀ ਕਰਵਾਈ ਹੋਈ ਆ। ਉਹ ਕਬਜ਼ਾ ਕਰਦਾ 2018 'ਚ ਵੀ ਕੋਸ਼ਿਸ਼ ਕੀਤੀ ਆ, ਉਦੋਂ ਉਹਨਾਂ ਦਾ ਬੱਚਾ ਜਤਿੰਦਰ ਸਿੰਘ 24 ਸਾਲ ਦਾ ਖੁਦਕੁਸ਼ੀ ਕਰ ਗਿਆ ਸੀ, ਤਾਂ ਅੰਦੋਲਨ ਚੱਲਿਆ ਕਿਸਾਨਾਂ ਦਾ ਬਹੁਤ ਵੱਡਾ, ਉੱਥੋਂ ਇਹਨਾਂ ਨੂੰ ਪਿੱਛੇ ਹਟਣਾ ਪਿਆ ਵਾ। ਇਹਨਾਂ ਤਾਂ ਜੇ ਪਰਚੇ ਵੀ ਦਰਜ ਹੋਣ ਵਾਲੇ ਪਏ ਆ, ਜਿਹੜੇ ਹਮਲੇ ਕੀਤੇ ਉਹ ਵੀ ਪਰਚਾ ਦਰਜ ਹੋਣ ਵਾਲਾ, ਉੱਥੇ ਇਨਕੁਆਇਰੀਆਂ ਚੱਲਣ ਡੀਆਂ ਵਾ ਚੰਡੀਗੜ੍ਹ ਕ੍ਰਾਈਮ ਬ੍ਰਾਂਚ ਦੇ ਵਿੱਚ। ਪਰ ਹੁਣ ਇਹਨਾਂ ਨੇ ਉਸੇ ਮਨਸ਼ਾ ਨਾਲ ਉਸ ਪਰਚਾ ਕਰਾਇਆ ਵਾ 77 ਕਨਾਲ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਜਾਵੇ। ਉਹ ਅਸੀਂ ਉਹਦੀ ਸਖ਼ਤ ਨਿਖੇਧੀ ਕਰਦੇ ਹਾਂ ਪੰਜਾਬ ਦੀ ਸਰਕਾਰ ਦੀ, ਅਤੇ ਨਾਲ ਹੀ ਜਿਹੜਾ ਹਲਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਵਾ ਉਹਦੀ ਅਤੇ ਪੁਲਿਸ ਪ੍ਰਸ਼ਾਸਨ ਦੀ, ਉਹ ਸਖ਼ਤ ਨਿਖੇਧੀ ਕਰਦੇ ਹਾਂ ਜਿਹੜਾ ਇਹਨਾਂ ਨੇ ਕਾਰਾ ਕੀਤਾ ਵਾ। ਉਹ ਪਰਚਾ ਤੁਰੰਤ ਰੱਦ ਕੀਤਾ ਜਾਵੇ ਅਤੇ ਸਾਰੇ ਥਾਣਿਆਂ 'ਚ ਫਿਰੋਜ਼ਪੁਰ 'ਚ ਲਿਖਤੀ ਸ਼ਿਕਾਇਤਾਂ ਦਿੱਤੀਆਂ ਹੋਈਆਂ ਵਾ, ਉਹਨਾਂ ਸਾਰਿਆਂ ਦਾ ਹੱਲ ਕੱਢਿਆ ਜਾਵੇ। ਜਿਸ ਤਰ੍ਹਾਂ ਲਖੋਗੇ ਬਰਾਮ ਥਾਣੇ ਦੇ ਵਿੱਚ 71/19 FIR ਦਰਜ ਆ, 307 ਦਾ ਪਰਚਾ ਦਰਜ ਆ ਪਠਾਣਾ ਦੇ ਝੁੱਗੇ ਦੇ ਪਿੰਡ ਦਾ, ਕਿਸਾਨ ਦਾ ਬੱਚੇ ਨੂੰ ਪਿਛਲੇ 7 ਮਹੀਨੇ ਪਹਿਲਾਂ ਉਹਨੂੰ ਮਰਨਾਊ ਕਰਕੇ ਸੁੱਟ ਕੇ ਗਏ ਆ। ਉਹਨਾਂ ਦੀ ਅਜੇ ਤੱਕ ਹਾਈਕੋਰਟ 'ਚ ਉਹਨਾਂ ਦੀਆਂ ਜ਼ਮਾਨਤਾਂ ਰੱਦ ਹੋ ਚੁੱਕੀਆਂ, ਪਰ ਉਹਨਾਂ ਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ। ਕਿਉਂ ਨਹੀਂ ਹੋਈ? ਕਿਉਂਕਿ ਜਿਹੜਾ ਹਲਕਾ ਵਿਧਾਇਕ ਮੰਤਰੀ ਆ ਇੱਥੇ ਰਾਣਾ ਗੁਰਮੀਤ ਸਿੰਘ ਸੋਢੀ, ਉਹ ਬੁੱਕਲ 'ਚ ਲੈ ਕੇ ਬੈਠਾ ਆ ਉਹਨਾਂ ਜਿਹੜੇ ਆ ਦੋਸ਼ੀ ਆ ਜਿਹੜੇ, ਉਹ ਸਾਡੀ ਮੰਗ ਆ ਪਰਚਾ ਤੁਰੰਤ ਗ੍ਰਿਫਤਾਰ ਕੀਤੇ ਜਾਣ। ਮੁਲਕਜੀਤ ਆ ਇੱਥੇ KSI ਪ੍ਰਿਸ਼ਟ, ਜਿਹਨੇ 20,000 ਰੁਪਇਆ ਕਿਸਾਨ ਤੋਂ ਰਿਸ਼ਵਤ ਲਈ ਹੋਈ ਆ, ਉਹਨੂੰ ਬਰਤਰਫ ਕੀਤਾ ਜਾਵੇ। ਇਸ ਤਰ੍ਹਾਂ ਸੁਖਦੇਵ ਰਾਜ SI ਇਸੇ ਥਾਣੇ 'ਚ ਲਖੋਗੇ ਬਰਾਮ 'ਚ, ਜਿਹਨੇ ਗੈਂਗ ਬਣਾਇਆ ਆ, ਬਲਾਤਕਾਰ ਦੇ ਕੇਸ ਦੇ ਵਿੱਚ ਅੜਾਉਂਦਾ ਵਾ ਪਹਿਲਾਂ ਅਤੇ ਮੁੜ ਕੇ ਉਹਨਾਂ ਕੋਲ ਰਿਸ਼ਵਤਾਂ ਲੈਂਦਾ ਵਾ। ਉਹਦੇ ਸਾਹਮਣੇ ਸਾਡੇ ਆ ਕਿਸਾਨ ਆ, ਆ ਡਾਕਟਰ ਦਾ ਕੰਮ ਕਰਦਾ ਕਿਸਾਨਾਂ ਦਾ ਬੇਟਾ ਪਿੰਡ ਗਜਨੀ ਵਾਲੇ ਦਾ, ਉਹਦੇ ਉੱਤੇ ਪਰਚਾ ਦਰਜ ਕਰਾਉਣ ਦਾ, ਝੂਠੇ ਬਿਆਨ ਦਵਾ ਕੇ ਕਿਸੇ ਜਨਾ ਆਪਣੇ ਔਰਤ ਕੋਲੋਂ ਉਹਨੂੰ ਉਹ ਕੇਸ 'ਚ ਫਸਾਇਆ, ਮੁੜ ਕੇ ਉਹਨੂੰ ਸੱਦਿਆ ਵੀ ਇੰਨੇ ਸਾਨੂੰ ਪੈਸੇ ਦੇ ਦੇ ਨਹੀਂ ਤਾਂ ਤੇਰੇ 'ਤੇ ਪਰਚਾ ਦਰਜ ਹੋ ਜਾਣਾ। ਉਹ ਉਸ ਬਲੈਕਮੇਲ ਕੇਸ ਜਿਹੜੇ ਉਹਨੇ ਪੈਸੇ ਲਏ ਹੋਏ ਆ ਕਿਸਾਨਾਂ ਤੋਂ, ਜਿਹੜਾ ਉਹ ਬਲੈਕਮੇਲ ਦੀ ਜੁੰਡਲੀ ਉਹਨੇ ਬਲੈਕਮੇਲ ਕਰ ਰਿਹਾ, ਉਹ ਸਾਰਾ ਜਿਹੜਾ ਚਿੱਠਾ ਵਾ ਉਹਦੀ ਵੀਡੀਓ ਹੀ ਬਣੀ ਹੋਈ ਆ। ਅਸੀਂ SSP ਦੇ ਗਾੜੀ ਉਹ ਸਾਰੇ ਦੇ ਕੇ ਆਏ, ਉਹਦੀ ਇਨਕੁਆਇਰੀ ਚੱਲਣ ਡੀ ਆ। ਉਹ ਸਾਡਾ ਹੈਗਾ ਵਾ ਵੀ ਉਹਦੇ ਦੋਸ਼ੀ ਨੂੰ ਸੁਖਦੇਵ ਰਾਜ ਨੂੰ ਤੁਰੰਤ ਬਰਤਰਫ ਕੀਤਾ ਜਾਵੇ ਅਤੇ ਉਹਨੂੰ ਸਜ਼ਾ ਦੇ ਕੇ ਗ੍ਰਿਫਤਾਰ ਕੀਤਾ ਜਾਵੇ। ਇਸੇ ਤਰ੍ਹਾਂ ਹੋਰ ਵੀ ਪੂਰੇ ਇੱਥੇ ਜੀਰੇ ਥਾਣੇ 'ਚ, ਮੱਲਾਂ ਵਾਲੇ ਥਾਣਾ, ਮਹੂ ਥਾਣਾ, ਹੋਰ ਥਾਣਿਆਂ ਦੇ ਵਿੱਚ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਬੇਇਨਸਾਫੀ ਹੋ ਰਹੀ, ਕੋਈ ਸੁਣਵਾਈ ਨਹੀਂ ਹੋ ਰਹੀ, ਪਰਚੇ ਦਰਜ ਹੋ ਰਹੇ ਆ, ਰਿਸ਼ਵਤਾਂ ਲਈਆਂ ਜਾ ਰਹੀਆਂ ਵਾ, ਜਿਹਦੇ ਬੜੇ ਵੱਡੇ ਸਬੂਤ ਸਾਡੇ ਕੋਲ ਆ ਰਹੇ ਆ, ਜਿਹ 'ਚ ਉੱਪਰਲੇ ਅਧਿਕਾਰੀ ਵੀ ਜਿਹਦੇ 'ਚ ਪੂਰੀ ਤਰ੍ਹਾਂ ਇਨਵੋਲਵ ਆ, MLA ਤੱਕ ਉਹ ਪੈਸੇ ਜਾਂਦੇ ਆ, ਉਹ ਸਾਰਾ ਜਿਹੜਾ ਚਿੱਠਾ ਵਾ ਅਸੀਂ ਬਣਾ ਰਹੇ ਹਾਂ ਅਤੇ ਸਾਰੇ ਮਸਲੇ ਨੂੰ ਲੈ ਕੇ SSP ਫਿਰੋਜ਼ਪੁਰ ਦੇ ਦਫ਼ਤਰ ਦੇ ਅੱਗੇ 6 ਜਨਵਰੀ ਨੂੰ ਪੱਕਾ ਮੋਰਚਾ ਸ਼ੁਰੂ ਕਰਾਂਗੇ। ਉਹ ਮੋਰਚਾ ਸਾਰੇ ਮਸਲੇ ਹੱਲ ਕਰਾਉਣ ਤੱਕ, ਪਰਚੇ ਰੱਦ ਕਰਾਉਣ ਤੱਕ, ਬਾਕੀ ਜਿੰਨੇ ਮਸਲੇ ਸਾਡੇ ਆ
ਸਾਰੇ ਹੱਲ ਕਰਾਉਣ ਤੱਕ ਉਹ ਮੋਰਚਾ ਜਾਰੀ ਰਹੇਗਾ, ਜਿਸ 'ਚ 11 ਕਿਸਾਨ ਮਜ਼ਦੂਰ ਬੀਬੀਆਂ ਜ਼ਿਲ੍ਹਾ ਫਿਰੋਜ਼ਪੁਰ ਤੋਂ ਉਸ ਪੱਕੇ ਮੋਰਚੇ 'ਚ ਸ਼ਾਮਿਲ ਹੋਣਗੇ, ਅਤੇ ਉਹਦੀ ਜ਼ਿੰਮੇਵਾਰੀ ਪੰਜਾਬ ਦੀ ਸਰਕਾਰ ਹੋਊਗੀ, ਜ਼ਿਲ੍ਹਾ ਪ੍ਰਸ਼ਾਸਨ ਹੋਊਗਾ, ਅਤੇ ਅਸੀਂ ਸਾਰੇ ਆਪਣੇ ਕਿਸਾਨਾਂ ਮਜ਼ਦੂਰਾਂ ਨੂੰ ਬੀਬੀਆਂ ਨੂੰ ਕਰਦੇ ਹਾਂ ਅਪੀਲ ਕਰਦੇ ਹਾਂ ਵੀ ਸਾਰੇ ਪਿੰਡਾਂ 'ਚ ਜਾਓ, ਜਾ ਕੇ ਆਪਣੀ ਲਾਮਬੰਦੀ ਸ਼ੁਰੂ ਕਰੋ, ਮੀਟਿੰਗਾਂ ਲਾਓ, ਲੋਕਾਂ ਨੂੰ ਨਾਲ ਲਾਓ, ਜਿਹੜੇ ਪੀੜਤ ਆ ਪੁਲਿਸ ਤੋਂ, ਪੰਜਾਬ ਦੀ ਸਰਕਾਰ ਤੋਂ, MLA ਮੰਤਰੀਆਂ ਤੋਂ, ਉਹਨਾਂ ਨੂੰ ਉਸ ਮੋਰਚੇ 'ਚ ਲਿਆਓ, ਅਤੇ ਇਹ ਮੋਰਚਾ ਆਪਾਂ ਜਿੱਤ ਕੇ ਆਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਜੋ ਤੁਸੀਂ ਕਰ ਲਓ ਇਹਨਾਂ ਦਾ ਕਰ ਲਓ। ਮੈਂ ਧਰਮ ਸਿੰਘ, ਜੋਨ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਜੋਨ ਗੁਰੂ ਹਰ ਸਾਹਿਬ, ਅੱਜ ਸਾਰੇ ਜੋਨ ਦੀ ਮੀਟਿੰਗ ਕਰਕੇ ਇੱਥੇ ਗੁਰੂ ਹਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਜੋਨ ਦੀ ਇਹ ਫੈਸਲਾ ਕੀਤਾ ਗਿਆ ਹੈ ਕਿ ਜਦ ਤੱਕ ਅਲਕਾ ਜੀਰਾ ਦੇ ਵਿਧਾਇਕ ਵੱਲੋਂ ਝੂਠਾ ਕਰਾਇਆ ਗਿਆ ਪਰਚਾ ਕਿਸਾਨ ਆਗੂਆਂ ਦੇ ਰੱਦ ਨਹੀਂ ਕੀਤਾ ਜਾਂਦਾ, ਅਤੇ ਜਿਹੜੇ ਲੱਖੋਗੇ ਦੇ ਗੁਰੂ ਹਰ ਸਾਹਿਬ ਦੇ ਵਿੱਚ ਥਾਣੇ ਦੇ ਵਿੱਚ ਸਾਡੇ ਮਸਲੇ ਪੈਂਡਿੰਗ ਪਏ ਨੇ, ਅਤੇ ਜਿਹੜੇ ਉੱਥੋਂ ਦੇ ASI ਜਿਵੇਂ ਸੁਖਦੇਵ ਰਾਜ ਏ, ASI ਮਿਲਕਜੀਤ ਸਿੰਘ ਏ, ਅਤੇ SHO ਜਸਵਰਿੰਦਰ ਨੇ, ਇਹਨਾਂ ਦੇ ਖਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ, ਅਤੇ ਇਹਨਾਂ ਦੇ ਪੁਲਿਸ ਜਿਹੜਾ ਰਿਸ਼ਵਤ ਦੇ ਪਰਚੇ ਦਰਜ ਨਹੀਂ ਕੀਤੇ ਜਾਂਦੇ, ਉਹਦੇ ਵਾਸਤੇ ਅਸੀਂ 6 ਜਨਵਰੀ ਤੋਂ 2020 ਤੋਂ SSP ਦਫ਼ਤਰ ਸਾਹਮਣੇ ਜਿਹੜੇ ਧਰਨਾ ਲਾਉਣ ਜਾ ਰਹੇ ਹਾਂ। ਬੜੀ ਵੱਡੀ ਗਿਣਤੀ ਦੇ ਵਿੱਚ ਇੱਥੋਂ ਜਿਹੜੇ ਨੇ ਕਿਸਾਨ ਅਤੇ ਮਜ਼ਦੂਰ ਜਿਹੜੇ ਨੇ ਸ਼ਾਮਿਲ ਹੋਣਗੇ ਬੀਬੀਆਂ, ਅਤੇ ਉਹਨਾਂ ਚਿਰ ਤੱਕ ਉਹ ਜਿਹੜਾ ਮੋਰਚਾ ਜਾਰੀ ਰਹੇਗਾ ਜਦ ਤੱਕ ਸਾਰੇ ਮਸਲੇ ਅਤੇ ਕਿਸਾਨਾਂ ਦੀਆਂ ਮੰਗਾਂ ਹੱਲ ਨਹੀਂ ਕੀਤੀਆਂ ਜਾਂਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।